ਹੁਣੇ ਹੁਣ ਲੋਕ ਸਭਾ ਦੀ ਚੋਣ ਤੋਂ ਕੁਛ ਦਿਨ ਪਹਿਲਾਂ ਪਾਰਟੀ ਨੂੰ ਬਿਨਾਂ ਧਿਆਨ ਵਿੱਚ ਲਿਆਂਦਿਆਂ ਪਾਰਟੀ ਦੇ ਬਿਨਾਂ ਨੋਟਿਸ ਵਿੱਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਗੱਲੇ ਜਾ ਕੇ ਬਿਨਾਂ ਕਿਸੇ ਹੋਰ ਸੀਨੀਅਰ ਸਾਥੀ ਨੂੰ ਲਿਜਾਏ ਬਿਨਾਂ ਚਾਰਲੇ ਮਿੰਨਤਾਂ ਕੀਤੀਆਂ। ਇਹ ਵੱਖਰੀ ਗੱਲ ਆ, ਉਹਨਾਂ ਨੇ ਮਰਜ਼ੀ ਮੁਤਾਬਕ ਸੀਟਾਂ ਨਾ ਦਿੱਤੀਆਂ ਤੇ ਹੁਣ ਪੋਚਾ ਪੋਚੀ ਕੀਤੀ ਜਾ ਰਹੀ ਆ। ਬਾਗੀ ਧੜੇ ਨੂੰ ਬੀਜੇਪੀ ਦਾ ਏਜੰਟ ਦੱਸਣ ਵਾਲੇ ਲੋਕ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਸਲਾਹ ਬਿਨਾਂ ਪੀਐਮ ਦੇ ਨਾਲ ਮੁਲਾਕਾਤ ਕੀਤੀ ਤੇ ਗੱਠਜੋੜ ਦੇ ਲਈ ਬੀਜੇਪੀ ਦੇ ਤਰਲੇ ਕੱਢੇ, ਲੇਕਿਨ ਗੱਲ ਸਿਰੇ ਨਹੀਂ ਲੱਗੀ ਤੇ ਹੁਣ ਪੋਤਾ ਪੋਤੀ ਕੀਤੀ ਜਾ ਰਹੀ ਹੈ। ਅਜਿਹੇ ਖੁਲਾਸੇ ਕਰਦੇ ਹੋਏ ਟਕਸਾਲੀ ਅਕਾਲੀ ਲੀਡਰ ਤੇ ਬਾਗੀ ਧੜੇ ਦੇ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਉਹਨਾਂ ਪਾਰਟੀ ਪ੍ਰਧਾਨ ਨੂੰ ਲੋਕਾਂ ਦੇ ਫਤਵੇ ਵਿਰੁੱਧ ਜਾਣ ਤੋਂ ਰੋਕਿਆ ਸੀ, ਲੇਕਿਨ ਉਹ ਨਹੀਂ ਮੰਨੇ ਤੇ ਅੱਜ ਅਕਾਲੀ ਦਲ ਦੇ ਅੰਦਰ ਇਹ ਹਾਲਾਤ ਪੈਦਾ ਹੋ ਗਏ ਨੇ ਕਿ ਜਿਹੜੇ ਵਿਅਕਤੀ ਜਿਹੜੇ ਲੋਕ ਇੱਕ ਵਿਅਕਤੀ ਨੂੰ ਬਚਾਉਣ ਲਈ ਇਕੱਠੇ ਹੋਏ ਚੰਡੀਗੜ੍ਹ ਚ, ਉਹਨਾਂ ਨੇ ਤਰਲੋ ਮੱਛੀ ਕੀਤੀ, ਤਾਣੇ ਮਿਹਣੇ ਮਾਰੇ ਉਹਨਾਂ ਲੋਕਾਂ ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਜਲੰਧਰ ਇਕੱਠੇ ਹੋਏ। ਉਹਨਾਂ ਨੂੰ ਕਿਸੇ ਨੂੰ ਬੀਜੇਪੀ ਦਾ ਏਜੰਟ, ਕਿਸੇ ਨੂੰ ਕਾਂਗਰਸ ਦਾ ਏਜੰਟ ਦੱਸਿਆ। ਸਾਨੂੰ ਅਫਸੋਸ ਆ ਕਿ ਉਹ ਲੋਕ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੀਆਂ ਸਰਕਾਰਾਂ ਵਿੱਚ ਵਜ਼ਾਰਤਾਂ ਦੇ ਆਨੰਦ ਹੰਡਾਏ, ਔਰ ਉਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਔਰ BSP ਨਾਲ ਲੜੀ ਸਾਂਝੀ ਚੋਣ ਤੋਂ ਬਾਅਦ ਨਿਕਲੇ ਰਿਜ਼ਲਟਾਂ ਤੋਂ ਬਾਅਦ ਅਚਾਨਕ ਸਰ ਸੁਰਜੀਤ ਸਿੰਘ ਬਰਨਾਲਾ ਦਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਰੋਕਣ ਲਈ ਅਚਾਨਕ ਬਿਨਾਂ ਸ਼ਰਤ ਤੋਂ ਭਾਰਤੀ ਜਨਤਾ ਪਾਰਟੀ ਨਾਲ ਜੱਫੀ ਪਾਈ, ਉਹ BJP ਦੇ ਏਜੰਟ ਨਹੀਂ ਬਣੇ। ਜਿਨ੍ਹਾਂ ਨੇ ਸੀਨੀਅਰ ਲੀਡਰਸ਼ਿਪ ਨੂੰ ਇਗਨੋਰ ਕਰਕੇ ਵਜ਼ਾਰਤਾਂ ਲਈਆਂ ਉਹ BJP ਦੇ ਏਜੰਟ ਨਹੀਂ ਹੈ। ਜਿਹੜੇ ਮੈਂ ਸਮਝਦਾ ਕਿ ਰਾਸ਼ਟਰਪਤੀ ਦੀ ਚੋਣ ਵਿੱਚ ਜਾਂ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ BJP ਨੂੰ ਵੋਟਾਂ ਪਾ ਕੇ ਉਹ ਏਜੰਟ ਨਹੀਂ ਬਣ ਸਕੇ BJP ਦੇ, ਜਾਂ ਕਿਸਾਨੀ ਬਿੱਲਾਂ ਤੇ ਕੋਰ ਕਮੇਟੀ ਦੀ ਸਬ ਕਮੇਟੀ ਦੇ ਫੈਸਲੇ ਦੇ ਉਲਟ ਜਾ ਕੇ ਕੈਬਨਿਟ ਦੇ ਵਿੱਚ ਉਸ ਲੋਕ ਸਭਾ ਵਿੱਚ ਕਿਸਾਨ ਵਿਰੋਧੀ ਜਿਹੜੇ ਕਾਨੂੰਨ ਆਏ ਉਹਨਾਂ ਦੇ ਡਰਾਫਟ ਤੇ ਜਿਹੜੀ ਚਰਚਾ ਹੋਈ, ਕੋਰ ਕਮੇਟੀ ਦੇ ਫੈਸਲੇ ਦੇ ਉਲਟ ਉਹਦੇ ਹੱਕ ਵਿੱਚ ਭੁਗਤੇ, ਉਹਦੇ ਹੱਕ ਵਿੱਚ ਬਿਆਨ ਦਿੱਤੇ, ਆਪ ਹੀ ਨਹੀਂ ਦਿੱਤੇ ਬਲਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਸ਼ਖਸੀਅਤ ਤੋਂ ਵੀ ਉਹਦੇ ਹੱਕ ਵਿੱਚ ਬਿਆਨ ਦਵਾਏ, ਉਹ ਤਾਂ BJP ਦੇ ਏਜੰਟ ਨਹੀਂ ਹੈ। ਔਰ ਹੁਣੇ ਹੁਣ ਲੋਕ ਸਭਾ ਦੀ ਚੋਣ ਤੋਂ ਕੁਛ ਦਿਨ ਪਹਿਲਾਂ ਪਾਰਟੀ ਨੂੰ ਬਿਨਾਂ ਧਿਆਨ ਵਿੱਚ ਲਿਆਂਦਿਆਂ ਪਾਰਟੀ ਦੇ ਬਿਨਾਂ ਨੋਟਿਸ ਵਿੱਚ ਹੀ ਅਚਾਨਕ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਗੱਲੇ ਜਾ ਕੇ ਬਿਨਾਂ ਕਿਸੇ ਹੋਰ ਸੀਨੀਅਰ ਸਾਥੀ ਨੂੰ ਲਿਜਾਏ ਬਿਨਾਂ ਚਾਰਲੇ ਮਿੰਨਤਾਂ ਕੀਤੀਆਂ ਸੀਟਾਂ ਦੀ ਵੰਡ ਲਈ। ਇਹ ਵੱਖਰੀ ਗੱਲ ਆ, ਉਹਨਾਂ ਨੇ ਮਰਜ਼ੀ ਮੁਤਾਬਕ ਸੀਟਾਂ ਨਾ ਦਿੱਤੀਆਂ ਤੇ ਹੁਣ ਪੋਚਾ ਪੋਚੀ ਕੀਤੀ ਜਾ ਰਹੀ ਆ ਪੰਥਕ ਮਸਲਿਆਂ ਦੀ, ਪੰਜਾਬ ਦੇ ਮਸਲਿਆਂ ਦੀ। ਇਹ ਕਹਿਣ ਤੋਂ ਭਾਵ ਵੀ ਇਹ ਸਾਰਾ ਕੁਝ ਤੋਂ ਬਾਵਜੂਦ ਉਹ ਤਾਂ ਦੁੱਧ ਧੋਤੇ ਹੋ ਗਏ ਤੇ ਜਿਹੜੇ
ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ, ਸੰਜੀਦਗੀ ਨਾਲ, ਗੰਭੀਰਤਾ ਨਾਲ ਮੰਥਨ ਕਰ ਰਹੇ ਸੀ ਤੇ ਮੰਥਨ ਕਰਕੇ ਇੱਕ ਹੱਲ ਕੱਢ ਰਹੇ ਸੀ ਔਰ ਅਪੀਲ ਕਰ ਰਹੇ ਸੀ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿ ਲੋਕਾਂ ਦੇ ਫਤਵੇ ਨਾਲ ਟੱਕਰ ਨਾ ਲਓ। ਲੋਕਾਂ ਨੇ ਬਾਰ ਬਾਰ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰਿਆ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਚਾਰ ਵਾਰ ਨਹੀਂ, ਪੰਜ ਵਾਰ ਜੇ ਲੋਕਾਂ ਨੇ ਬਾਰ ਬਾਰ ਨਕਾਰਿਆ ਤਾਂ ਲੋਕਾਂ ਦੇ ਫਤਵੇ ਦੀ ਕਦਰ ਕਰਨੀ ਚਾਹੀਦੀ ਆ ਔਰ ਲੋਕਾਂ ਦੇ ਫਤਵੇ ਅੱਗੇ ਟੱਕਰ ਨਹੀਂ ਲੈਣੀ ਚਾਹੀਦੀ। ਲੋਕਾਂ ਨੇ ਬਾਰ ਬਾਰ ਦੱਸਿਆ ਕਿ ਅਸੀਂ ਤੁਹਾਨੂੰ ਪ੍ਰਵਾਨ ਨਹੀਂ ਕਰਦੇ, ਫਿਰ ਜਿੱਦ ਕਰਨਾ, ਫਿਰ ਅੜੀ ਕਰਨਾ ਕਿਸੇ ਤਰ੍ਹਾਂ ਵੀ ਪਾਰਟੀ ਦੇ ਹਿੱਤ ਵਿਚ ਨਹੀਂ ਹੈ। ਸੋ ਇਸ ਕਰਕੇ ਸਲਾਹ ਦਿੱਤੀ ਜਲੰਧਰ ਬੈਠ ਕੇ ਸਾਰਿਆਂ ਨੇ ਕਿ ਪਾਰਟੀ ਪ੍ਰਧਾਨ ਨੂੰ ਬੇਨਤੀ ਕੀਤੀ ਜਾਵੇ, ਅਪੀਲ ਕੀਤੀ ਜਾਵੇ ਪ੍ਰੈਸ ਰਾਹੀਂ, ਮੀਡੀਆ ਰਾਹੀਂ, ਕਿਉਂਕਿ ਮੀਟਿੰਗਾਂ ਤਾਂ ਸੱਦਿਆ ਨਹੀਂ, ਤੇ ਮੀਡੀਆ ਰਾਹੀਂ ਪ੍ਰੈਸ ਰਾਹੀਂ ਜੋਦੜੀ ਕੀਤੀ ਜਾਵੇ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰੋ, ਲੋਕਾਂ ਦੀਆਂ ਇਛਾਵਾਂ ਦੀ ਕਦਰ ਕਰੋ, ਬਾਰ ਬਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਟੱਕਰ ਨਾ ਲਾਓ, ਬਾਰ ਬਾਰ ਲੋਕਾਂ ਦੇ ਦਿੱਤੇ ਫਤਵੇ ਨਾਲ ਮੱਥਾ ਨਾ ਲਾਓ। ਇਹ ਪਾਰਟੀ ਜਿਹੜੀ ਅੱਜ ਫਰਸ਼ ਤੇ ਚਲੀ ਗਈ ਅਰਸ਼ਾ ਤੋਂ, ਇਹ ਹੋਰ ਨਿਗਾਰ ਵੱਲ ਨਾ ਜਾਵੇ। ਜਿਹੜੇ ਵਰਕਰ ਨੇ, ਅਕਾਲੀ ਦਲ ਦੇ ਸਿਹਰਦ ਲੋਕ ਨੇ, ਉਹ ਅਕਾਲੀ ਦਲ ਨੂੰ ਪਿਆਰ ਕਰਦੇ ਨੇ, ਅਕਾਲੀ ਦਲ ਨੂੰ ਤਕੜਾ ਦੇਖਣਾ ਚਾਹੁੰਦੇ ਨੇ, ਪਰ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਜੇ ਅਗਵਾਈ ਉਹਨਾਂ ਨੂੰ ਪਸੰਦ ਨਹੀਂ ਹੈ ਤਾਂ ਅਸੀਂ ਇਹ ਵੀ ਇੱਕ ਤਜਵੀਜ਼ ਰੱਖੀ ਕਿ ਅੱਜ ਦੇ ਸਮੇਂ ਕੋਈ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤਾਂ ਰਹੀਆਂ ਨੇ, ਜੋ ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ ਰਹੀ ਆ, ਔਰ ਉਹਦੇ ਮੁਤਾਬਕ ਧਰਮ ਤੇ ਰਾਜਨੀਤੀ ਦਾ ਸੁਮੇਲ ਰੱਖਣ ਵਾਲੀ ਕੋਈ ਨਿਰਪੱਖ ਸ਼ਖਸੀਅਤ ਜਿਹੜੀ ਆ ਉਹਦੇ ਹਵਾਲੇ ਅਗਵਾਈ ਕੀਤੀ ਜਾਵੇ। ਔਰ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿੰਨੇ ਸੱਜਣ ਉੱਥੇ ਬੈਠੇ ਸੀ ਸਾਰਿਆਂ ਨੇ ਕਿ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਨਹੀਂ ਲਏਗਾ। ਅਸੀਂ ਇਹ ਵੀ ਫੈਸਲਾ ਕੀਤਾ ਕਿ ਅੱਗੇ ਲਈ ਰਵਾਇਤ ਰਹੀ ਕਿਸੇ ਟਾਈਮ ਜਿਹੜਾ ਪਾਰਟੀ ਪ੍ਰਧਾਨ ਹੋਏਗਾ ਉਹ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਹੋਏਗਾ, ਤਾਂ ਕਿ ਜਥੇਬੰਦੀ ਨੂੰ, ਪਾਰਟੀ ਨੂੰ ਅਸੀਂ ਮੁੜ ਸੁਰਜੀਤ ਕਰ ਸਕੀਏ, ਮੁੜ ਬੁਲੰਦੀਆਂ ਤੇ ਲਿਜਾ ਸਕੀਏ। ਪਰ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਔਰ ਬੜਾ ਅਫਸੋਸ ਆ ਕਿ ਇਸ ਤਰ੍ਹਾਂ ਦੀ ਨੇਕ ਸਲਾਹ ਮੰਨਣ ਦੀ ਥਾਂ ਮਤਲਬ ਕਿਸੇ ਪਾਰਟੀ ਦੇ ਏਜੰਟ ਕਹਿਣਾ, ਉਹੀ ਗੱਲਾਂ ਦੁਹਰਾਈਆਂ ਜਾ ਰਹੀਆਂ।